ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਅੱਜ JSFH ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅੱਟਾ ਵਿਖੇ ਅੱਜ ਵਿਦਿਆਰਥੀ ਦਿਵਸ ਦੇ ਮੌਕੇ ਤੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਸਕੂਲ ਆ ਕੇ ਆਪਣੇ ਅਧਿਆਪਕ ਸਾਹਿਬਾਨਾਂ ਨਾਲ ਕੇਕ ਕੱਟ ਕੇ ਅਧਿਆਪਕ ਦਿਵਸ ਮਨਾਇਆ। ਇਸ ਮੌਕੇ ਤੇ ਅੱਟਾ ਪਿੰਡ ਦੇ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਮਾਨਕੂ, ਅਸ਼ਵਨੀ ਕੁਮਾਰ, ਰਮੇਸ਼ ਲਾਲ, ਮੇਜਰ ਲਾਲ, ਹਰਪ੍ਰੀਤ ਸਿੰਘ, ਬਲਦੇਵ ਕਾਲਾ, ਜਗਜੀਤ ਸਿੰਘ, ਤਰਸੇਮ ਕੌਰ, ਸੀਮਾ ਰਾਣੀ, ਅੰਕੁਰ, ਅਮਿਤ ਅਤੇ ਅਰਜਨ ਆਦਿ ਨੇ ਆ ਕੇ ਅਧਿਆਪਕਾਂ ਦਾ ਸਨਮਾਨ ਕੀਤਾ। ਪ੍ਰਿੰਸੀਪਲ ਸਰਦਾਰ ਕੁਲਵੰਤ ਸਿੰਘ ਗਿੱਲ ਨੇ ਆਏ ਹੋਏ ਪੁਰਾਣੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮੌਕੇ ਨੂੰ ਯਾਦਗਾਰ ਬਣਾਇਆ ਅਤੇ ਆਪਣੇ ਅਧਿਆਪਕ ਸਾਹਿਬਾਨਾਂ ਨੂੰ ਯਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਕੁਲਵੰਤ ਸਿੰਘ ਗਿੱਲ, ਕਿਸ਼ੋਰੀ ਲਾਲ, ਸੁਭਾਸ਼ ਚੰਦ, ਗੁਰਚੰਦ ਸਿੰਘ, ਪ੍ਰਵੀਨ ਸ਼ਰਮਾ, ਮੈਡਮ ਮਨਜੀਤ ਕੌਰ, ਰਮਨ ਬਾਲਾ, ਮਨਜੀਤ ਕੌਰ, ਹਰੀਸ਼ਾ, ਮਨਜਿੰਦਰ ਕੌਰ, ਸਾਕਸ਼ੀ, ਜਸ਼ਨਪ੍ਰੀਤ ਅਤੇ ਰਾਜੀ ਆਦਿ ਹਾਜ਼ਰ ਸਨ। ਅੱਜ ਇਸ ਅਧਿਆਪਕ ਦਿਵਸ ਦੇ ਮੌਕੇ ਦੇ ਉੱਤੇ 5 ਸਤੰਬਰ ਨੂੰ ਪਿੰਡ ਅੱਟਾ ਤੋਂ ਸਾਡੇ ਪੁਰਾਣੇ ਵਿਦਿਆਰਥੀ ਜਿਨ੍ਹਾਂ ਦੇ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਮਣਕੂ ਅਤੇ ਬਾਕੀ ਸਾਰੇ ਹੋਰ ਸਾਰਿਆਂ ਦੇ ਨਾਮਾਂ ਤੋਂ ਬਹੁਤ ਲੰਬਾ, ਉਹ ਸਾਡੇ ਦਰਮਿਆਨ ਪਹੁੰਚੇ ਆ ਸਾਡੇ ਅਧਿਆਪਕ ਦਿਵਸ ਮਨਾਉਣ ਲਈ, ਔਰ ਸਾਡੇ ਨਾਲ ਉਹਨਾਂ ਨੇ ਇਸ ਅਧਿਆਪਕ ਦਿਵਸ ਦੇ ਮੌਕੇ ਦੀਆਂ ਖੁਸ਼ੀਆਂ ਨੂੰ ਕੇਕ ਕਟਵਾ ਕੇ ਮਨਾਇਆ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਇਸ ਮੌਕੇ ਦੇ ਉੱਤੇ ਬਹੁਤ ਬਹੁਤ ਵਧਾਈ ਦਿੰਦਾ, ਸ਼ੁਭਕਾਮਨਾਵਾਂ ਦਿੰਦਾ। ਥੈਂਕ ਯੂ ਵੈਰੀ ਮੱਚ।